सत श्री अकाल जी, पंजाब टुडे देख रहे दर्शकों का एक बार फिर स्वागत है। अज के बुलेटिन दे विच नशियां दे मुद्दे ते जलालाबाद तो आप दे विधायक गोल्डी कंबोज की सख्त चेतावनी। जलालाबाद तो आम आदमी पार्टी के विधायक गोल्डी कंबोज ने नशियां दे गंभीर मुद्दे ते प्रेस कॉन्फ्रेंस करदिया दस्सिया कि उन्हां दे घर दे बिल्कुल सामने बस स्टैंड ते नशेड़ी चिट्टे दे टीके लाउंदे ने जिन्हां नूं लै के ओह काफ़ी चिंतित हन। ते इस मुद्दे ते विधायक ने कहा कि उच्च अफसरां दे वल्लों इस संबंधी स्पैशल टीमां तैयार कीतियां जा रहियां हन तां जो इन्हां नशेड़ियां दी जान ते नशा माफिया नूं नत पाई जा सके। देखो, जिन्ना तक तुसीं उन्हां नूं कम नहीं दिंदे ਤੁਸੀਂ ਨਸ਼ਾ ਕੰਟਰੋਲ ਨਹੀਂ ਕਰ ਸਕਦੇ, ਬਿਲਕੁਲ ਸਹੀ ਹੈ। ਜਦੋਂ ਕਿਸੇ ਕੋਲ ਕੰਮ ਹੋਊਗਾ, ਬੀ ਐੱਸ ਸੀ ਕਰਕੇ ਵਿਹਲਾ ਰਹੂਗਾ, ਕੀ ਕਰੂਗਾ ਤੁਸੀਂ ਆਪ ਦੱਸ। ਬੀ ਏ ਬੀ ਕੌਮ ਕਰਕੇ ਜੇ ਬੱਚੇ ਵਿਹਲੇ ਰਹਿਣਗੇ ਕਰਨਗੇ ਕੀ? ਆਪਸ਼ਨ ਦੱਸ ਦਿਓ ਕੀ ਹੈ। ਪੁਰਾਣੀ ਸਰਕਾਰਾਂ ਨੇ ਕੋਈ ਡਿਵੈਲਪਮੈਂਟ ਤਾਂ ਕੀਤਾ ਹੀ ਕੁਛ ਨਹੀਂ। ਅਸੀਂ ਤਾਂ ਰੌਲਾ ਸੀ, ਹੋਰ ਤਾਂ ਕੋਈ ਰੌਲਾ ਹੀ ਨਹੀਂ ਸੀ, ਤਾਂ ਹੀ ਲੋਕਾਂ ਨੇ ਐਡਾ ਵੱਡਾ ਮੈਂਡੇਟ ਦਿੱਤਾ। ਅਦਰਵਾਈਜ਼ 92 ਸੀਟਾਂ ਆਈਆਂ ਹੁਣ ਪੰਜਾਬ 'ਚ। ਸੋ ਬਹੁਤ ਕੁਛ ਚੇਂਜ ਹੋ ਗਿਆ, ਕਰਪਸ਼ਨ ਕੰਟਰੋਲ ਹੋ ਰਿਹਾ, ਰਾਸ਼ਨ ਘਰ ਘਰ ਜਾ ਰਿਹਾ, ਨਸ਼ੇ ਦੀ ਬਹੁਤ ਜਲਦੀ ਮੈਨੂੰ ਲੱਗਦਾ ਹੋਰ 10 ਦਿਨ 'ਚ ਬਹੁਤ ਕੁਛ ਹੋਣ ਵਾਲਾ। ਨਵੀਂ ਐੱਸ ਟੀ ਐੱਫ ਦੀ ਟੀਮਾਂ ਤਿਆਰ ਹੋ ਰਹੀਆਂ, ਹੁਣ ਡੀ ਆਈ ਜੀ ਰੇਂਜ 'ਤੇ ਵੀ ਨਾਰਕੋਟਿਕ ਦਾ ਸਿਸਟਮ ਚੱਲ ਰਿਹਾ। ਐੱਸ ਐੱਸ ਪੀ ਸਾਹਿਬ, ਕੱਲ੍ਹ ਵੀ ਮੀਟਿੰਗ ਹੋਈ ਸੀ, ਮੈਂ ਟਵਾਣੇ ਪਿੰਡ ਆ ਗਿਆ ਸੀ, ਮੈਨੂੰ ਵੀ ਬਹੁਤ ਕੰਪਲੇਂਟ ਕਰੀਆਂ ਕਿ ਸਾਡੇ ਬੱਚਿਆਂ ਦਾ ਬਹੁਤ ਬੁਰਾ ਹਾਲਾਤ। ਅੱਜ ਸਾਰੇ ਐੱਸ ਐੱਚ ਸਭਾ ਨੂੰ ਬੁਲਾਏ ਸੀ, ਉਹਨਾਂ ਨੇ ਮੀਟਿੰਗ ਵੀ ਕੀਤੀ ਹੈ। ਹੁਣ ਲੋਕਲ ਵੀ ਇੱਕ ਟੀਮ ਤਿਆਰ ਕੀਤੀ ਜਾ ਰਹੀ ਹੈ, ਜਿਹੜੀ ਪੁਲਿਸ ਜਿਹੜੇ 5 ਪਿੰਡ ਜਿਹੜੇ ਆਈਡੈਂਟੀਫਾਈ ਹੈ, ਸਪੈਸ਼ਲੀ ਉਹਨਾਂ ਦਾ ਹੋਰ ਕੋਈ ਕੰਮ ਨਹੀਂ ਹੋਊਗਾ। ਉਸੇ ਪਿੰਡਾਂ ਦੇ ਉੱਤੇ ਆਈਡੈਂਟੀਫਾਈ ਰਹਿਣਗੇ, ਚਾਹੇ ਟਵਾਣਾ ਹੈ, ਚਾਹੇ ਮਾਲਮ ਹੈ, ਚਾਹੇ ਫਲੀ ਵਾਲਾ ਹੈ, ਚਾਹੇ ਜਿੱਥੇ ਜਿੱਥੇ ਜ਼ਿਆਦਾ ਡਰੱਗਸ ਦੀ। ਸਰਕਾਰੀ ਹਸਪਤਾਲਾਂ ਤੇ ਪੰਜਾਬ ਦੀ ਸਰਕਾਰ ਬਦਲਣ ਤੇ ਵੀ ਚੁੱਕੇ ਜਾ ਰਹੇ ਨੇ ਸਵਾਲ। ਪੰਜਾਬ ਵਿੱਚ ਬਦਲਾਵ ਨੂੰ ਲੈ ਕੇ ਅੱਗੇ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਪਣਾ ਕਾਰਜਕਾਲ ਸੰਭਾਲਦਿਆਂ ਹੀ ਅਨੇਕ ਡਾਕਟਰਾਂ ਦੀਆਂ ਬਦਲੀਆਂ ਇਸ ਲਈ ਕਰ ਦਿੱਤੀਆਂ ਕਿ ਸ਼ਾਇਦ ਸਰਕਾਰੀ ਹਸਪਤਾਲਾਂ ਵਿੱਚ ਡਾਕਟਰਾਂ ਦਾ ਕੰਮ ਕਰਨ ਦਾ ਨਜ਼ਰੀਆ ਬਦਲ ਜਾਵੇਗਾ। ਪਰ ਸਰਕਾਰ ਬਦਲ ਗਈ ਹੈ, ਸਰਕਾਰੀ ਬਾਬੂ ਬਦਲ ਗਏ ਹਨ, ਪਰ ਉਹਨਾਂ ਦਾ ਕੰਮ ਕਰਨ ਦਾ ਨਜ਼ਰੀਆ ਨਹੀਂ ਬਦਲ ਰਿਹਾ। ਜਿਹੜੇ ਲੋਕ ਅਜੇ ਵੀ ਕਹਿ ਰਹੇ ਹਨ ਕਿ ਸਰਕਾਰ ਬਦਲਣ ਤੋਂ ਬਾਅਦ ਬਹੁਤ ਕੁਝ ਬਦਲ ਗਿਆ ਹੈ, ਉਹਨਾਂ ਦਾ ਇਹ ਭੁਲੇਖਾ ਹੀ ਹੈ। ਮੈਂ ਸਵੇਰ ਦਾ 8:30 ਵਜੇ ਦਾ ਆਇਆ ਪਿਆ ਜੀ, ਔਰ ਮੈਂ ਪਹਿਲਾਂ ਤਾਂ ਇੱਥੇ ਮੈਡਮ ਕੋਲ ਆਇਆ, ਇੱਥੇ ਜਿਹੜੇ ਆਪਣੀ ਸਕੈਨਿੰਗ ਕਰਦੇ ਉਹਨਾਂ ਕੋਲੋਂ ਮੈਂ ਪਰਚੀ ਆਣ ਕੇ ਦਿਖਾਈ। ਇਹ ਕਹਿੰਦੇ ਕਿ ਉੱਥੋਂ ਤੁਸੀਂ ਕਰਵਾ ਕੇ ਲਓ, ਫੋਟੋ ਸਟੇਟ ਕਰਵਾ ਕੇ ਲਓ। ਮੈਂ ਫੋਟੋ ਸਟੇਟ ਕਰਵਾ ਕੇ ਲਿਆ, ਪਰ ਇਹਨਾਂ ਦਾ ਫਰਜ਼ ਬਣਦਾ ਸੀ ਟੋਕਨ ਨੰਬਰ ਲਾਉਣਾ। ਮੈਂ ਪਰਚੀ ਲਵਾਉਣ ਗਿਆ ਉੱਥੋਂ, ਉੱਥੇ ਮੈਨੂੰ ਪੂਰਾ 1 ਘੰਟਾ ਲੱਗਾ ਜੀ। ਪਰਚੀ ਦੇ ਤੋਂ ਮੇਰਾ ਨੰਬਰ ਆਇਆ, ਉਸ ਤੋਂ ਬਾਅਦ ਕਹਿੰਦੇ ਕਿ ਪਹਿਲਾਂ ਟੋਕਨ ਲਵਾ ਕੇ ਲਿਆਓ। ਫਿਰ ਮੈਂ ਉਸ ਤੋਂ ਦੁਬਾਰਾ, ਕਿਉਂਕਿ ਮੈਡਮ ਦਾ ਫਰਜ਼ ਬਣਦਾ ਕਿ ਟੋਕਨ ਲਾ ਕੇ ਪਹਿਲਾਂ ਦੇਣਾ ਚਾਹੀਦਾ ਕਿ ਬਾਅਦ 'ਚ ਦੇਣਾ ਜੀ? ਮੈਨੂੰ ਥੋੜ੍ਹਾ ਇਸ ਬਾਰੇ ਪਤਾ ਕਿ ਟੋਕਨ ਪਹਿਲਾਂ ਲਾ ਕੇ ਦੇਣਾ ਕਿ ਬਾਅਦ 'ਚ ਦੇਣਾ। ਇਹ ਤਾਂ ਹੋਸਪਿਟਲ ਦਾ ਬਣਦਾ ਨਾ ਫਰਜ਼ ਕਿ ਪਹਿਲਾਂ ਟੋਕਨ ਲਾ ਕੇ ਦਈਏ, ਉਸ ਤੋਂ ਬਾਅਦ 'ਚ ਅਸੀਂ ਫਿਰ ਪਰਚੀ ਕੱਟ ਕੇ ਦੇਵਾਂਗੇ। ਮੈਂ ਗਿਆ ਉੱਥੇ ਦੁਬਾਰਾ, ਉੱਥੋਂ ਪਰਚੀ ਕਟਵਾਈ ਨੰਬਰ ਦੇ। ਉੱਥੇ ਪਰਚੀਆਂ ਦੇ ਵਿੱਚ ਵੀ ਇਹ ਕੰਮ ਹੋ ਰਿਹਾ ਵਾ ਕਿ ਜਿਹੜੇ ਬਾਹਰੋਂ ਬੰਦੇ ਪਹਿਲਾਂ ਆਈ ਜਾਂਦੇ ਉਹਨਾਂ ਦੀਆਂ ਪਹਿਲਾਂ ਹੀ ਪਰਚੀਆਂ ਕੱਟੀ ਜਾਂਦੇ, ਔਰ ਜਿਹੜੀ ਬਾਹਰ ਜਨਤਾ ਬੈਠੀ ਹੈ ਨਾ ਉਹ ਪਰੇਸ਼ਾਨ ਹੋਣ ਦੀ ਲਾਈਨਾਂ ਦੇ ਵਿੱਚ ਲੱਗ ਗਏ। ਉਹ ਕਿਉਂਕਿ ਪਹਿਲੋ ਜਿਹੜੀ ਕਾਨੂੰਨ ਤੇ ਸਾਰਿਆਂ ਵਾਸਤੇ ਇੱਕੋ ਹੀ ਹੁੰਦਾ ਨਾ, ਪ੍ਰੈਗਨੈਂਟ ਲੇਡੀਜ਼ ਵਾਸਤੇ ਸਪੈਸ਼ਲ ਕੋਈ ਸਹੂਲਤ ਨਹੀਂ ਪ੍ਰੈਗਨੈਂਟ ਵਾਸਤੇ। ਦੇਖੋ, ਕਾਰਨ ਜਿਹੜਾ ਮੈਂ ਜਾਣਨ ਜਾ ਰਿਹਾ ਸੀਗਾ, ਤੁਸੀਂ ਮੈਨੂੰ ਇੱਥੇ ਰੋਕ ਲਿਆ। ਮੈਂ ਦੇਖੂੰਗਾ ਵੀ ਕਾਰਨ ਵਾਕਈ ਇਹ ਸਹੀ ਹੈ ਜਾਂ ਗਲਤ ਆ। ਜੇ ਉਹ ਗਲਤ ਹੋਊਗਾ ਤਾਂ ਆਪਾਂ ਡਾਕਟਰ ਨੂੰ ਗਲਤ ਕਵਾਂਗੇ, ਤੇ ਜੇ ਸਹੀ ਹੋਊਗਾ ਤਾਂ ਫਿਰ ਆਪਾਂ ਫਿਰ ਵੀ ਇਹਨਾਂ ਨੂੰ ਧਿਆਨ ਰੱਖਣ ਲਈ ਕਵਾਂਗੇ। ਸਰਕਾਰ ਬਹੁਤ ਪ੍ਰੈਗਨੈਂਟ ਵਾਸਤੇ ਹੀ ਪ੍ਰੈਗਨੈਂਟ ਨੂੰ ਹੀ ਅਸੀਂ ਦੇਖਣਾ ਵਾ, ਪਰ ਨਾਲ ਦੀ ਨਾਲ ਜਿਹੜੇ ਹੋਰ ਪੇਸ਼ੈਂਟ ਹੈਗੇ ਨਾ, ਜਿਹੜੇ ਆਉਂਦੇ ਸਾਰੇ ਖਾਲੀ ਪੇਟ ਹੀ ਆਉਂਦੇ ਆ, ਜਿਨ੍ਹਾਂ ਨੂੰ ਤਕਲੀਫ ਹੁੰਦੀ ਉਹੀ ਸਕੈਨਿੰਗ ਉਹਨਾਂ ਨੂੰ ਲਿਖੀ ਜਾਂਦੀ ਹੈ ਜਿਨ੍ਹਾਂ ਨੂੰ ਪੇਟ ਦੀ ਤਕਲੀਫ ਹੁੰਦੀ, ਅਤੇ ਸਾਰਿਆਂ ਦਾ ਸਿਸਟਮ ਵਾਈਜ਼ ਹੀ ਕਰਨਾ ਵਾ। ਪਰ ਫਿਰ ਵੀ ਆਪਾਂ ਡਾਕਟਰਾਂ ਨੂੰ ਪੁੱਛ ਲੈਂਦੇ ਵੀ ਉਹਨਾਂ ਨੇ ਇਹਨਾਂ ਨੂੰ ਇਹਨਾਂ ਦੀ ਤਕਲੀਫ ਨੂੰ ਕਿਉਂ ਨਹੀਂ ਧਿਆਨ 'ਚ ਰੱਖਿਆ, ਅਤੇ ਜੇ ਉਹਨਾਂ ਦੇ ਕੋਈ ਹੋਏਗਾ ਤਾਂ ਆਪਾਂ। ਲੰਬੇ ਸਮੇਂ ਤੋਂ ਜੇਲ੍ਹਾਂ ਵਿੱਚ ਬੰਦ ਬੰਦੀ ਸਿੰਘਾਂ ਦੀ ਰਿਹਾਈ ਲਈ ਕੱਢਿਆ ਗਿਆ ਕੈਂਡਲ ਮਾਰਚ। ਲੰਬੇ ਸਮੇਂ ਤੋਂ ਦਿੱਲੀ ਦੀਆਂ ਜੇਲ੍ਹਾਂ ਵਿੱਚ ਬੰਦ ਬੰਦੀ ਸਿੰਘਾਂ ਦੀ ਰਿਹਾਈ ਲਈ ਅੰਮ੍ਰਿਤਸਰ ਦੇ ਵਿਰਾਸਤੀ ਮਾਰਗ ਵਿਖੇ ਸਿੱਖ ਸਟੂਡੈਂਟ ਫੈਡਰੇਸ਼ਨ ਅਤੇ ਹਿਊਮਨ ਰਾਈਟਸ ਦੇ ਆਗੂਆਂ ਅਤੇ ਮੈਂਬਰਾਂ ਵੱਲੋਂ ਕੈਂਡਲ ਮਾਰਚ ਕੱਢਿਆ ਗਿਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਹਿੱਸਾ ਲੈ ਰਹੀ ਸੰਗਤ ਵੱਲੋਂ ਹੱਥਾਂ ਵਿੱਚ ਕੈਂਡਲ ਫੜ ਮਾਰਚ ਕੱਢਿਆ। ਕੇਂਦਰ ਸਰਕਾਰ ਕੋਲੋਂ ਬੰਦੀ ਸਿੰਘਾਂ ਦੀ ਰਿਹਾਈ ਸੰਬੰਧੀ ਬੁਲੰਦ ਆਵਾਜ਼ ਵਿੱਚ ਅਪੀਲ ਕੀਤੀ ਗਈ ਅਤੇ ਸਰਕਾਰ ਨੂੰ ਬੰਦ ਬੰਦੀ ਸਿੰਘਾਂ ਪ੍ਰਤੀ ਸੁਹਿਰਦਾ ਦਿਖਾਉਣ ਦੀ ਗੱਲ ਰੱਖੀ ਗਈ। ਆਪਾਂ ਸਾਰੇ ਜਾਣਦੇ ਹਾਂ ਕਿ ਇਤਿਹਾਸ ਜਿਹੜਾ ਵਾ ਕੌਮਾਂ ਦੀ ਜਾਨ ਹੋਇਆ ਕਰਦਾ, ਤੇ ਇਤਿਹਾਸ ਸਿਰਜਣ ਵਾਲੇ ਲੋਕ ਜਿਹੜੇ ਆ ਉਹ ਕੌਮ ਦਾ ਮਾਣ ਹੁੰਦੇ ਨੇ, ਕੌਮ ਦਾ ਸਰਮਾਇਆ ਹੁੰਦੇ ਨੇ। ਪਿਛਲੇ ਸਮੇਂ 'ਚ ਸਿੱਖ ਕੌਮ ਦੇ ਲਈ ਇੱਕ ਹੱਕਾਂ ਦੀ ਲੜਾਈ ਲੜੀ ਗਈ, ਉਸ ਲੜਾਈ ਦੇ ਵਿੱਚ ਜੂਝਣ ਵਾਲੇ ਲੋਕ ਜਿਨ੍ਹਾਂ ਨੇ ਸ਼ਹਾਦਤਾਂ ਦਿੱਤੀਆਂ ਉਹਨਾਂ ਦਾ ਸਤਿਕਾਰ ਹੈ। ਜਿਨ੍ਹਾਂ ਲੋਕਾਂ ਨੇ ਇਸ ਦੇਸ਼ ਦੇ ਕਾਨੂੰਨ ਦੇ ਕਹਿੰਦੇ ਸ਼ਿਕੰਜੇ ਵਿੱਚ ਆ ਕੇ ਉਹਨਾਂ ਦੇ ਇਸ ਫੈਸਲਿਆਂ ਦੇ ਖਿਲਾਫ਼ ਲੜਾਈ ਲੜੀ, ਉਹ 3 ਦਹਾਕਿਆਂ ਤੋਂ ਜੇਲ੍ਹਾਂ ਦੇ ਅੰਦਰ ਬੰਦ ਨੇ। ਸੋ ਅਸੀਂ ਸਮਝਦੇ ਹਾਂ ਕਿ ਸਿੱਖ ਕੌਮ ਦਾ ਮਾਣ ਹੈ
ਜਿਹੜੇ ਬੰਦੀ ਸਿੰਘ ਆ ਤੇ ਅੱਜ ਜਿਹੜੀ ਇਹ ਉਪਰਾਲਾ ਕੀਤਾ ਜਾ ਰਿਹਾ ਇਹ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਕਿਉਂਕਿ ਅਸੀਂ ਇਹ ਸਮਝਦੇ ਹਾਂ ਜਿੱਥੇ ਸਿੱਖਾਂ ਦੀਆਂ ਭਾਵਨਾ ਨਾਲ ਜੁੜਿਆ ਮਸਲਾ ਉੱਥੇ ਇਹ ਹਿਊਮਨ ਰਾਈਟਸ ਦਾ ਬਹੁਤ ਵੱਡਾ ਉਲੰਘਣ ਹੈ ਸੋ ਬੀਬੀ ਜਸਵਿੰਦਰ ਕੌਰ ਸੋਲ ਇਹਨਾਂ ਦੇ ਸਾਰੇ ਸਾਥੀ ਜਿਹੜੇ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਜਿਹੜੀ ਆ ਉਹ ਇਸ ਗੱਲ ਲਈ ਅੱਜ ਦੇ ਸਮਾਗਮ ਵਿੱਚ ਵੱਡਾ ਯੋਗਦਾਨ ਪਾ ਰਹੀ ਆ ਸਿੱਖ ਸਟੂਡੈਂਟ ਫੈਡਰੇਸ਼ਨ ਤੁਹਾਡੀ ਸੇਵਾਦਾਰ ਆ ਜਿਹੜੀ ਹਮੇਸ਼ਾ ਹੀ ਇਹਨਾਂ ਮਸਲਿਆਂ ਨੂੰ ਲੈ ਕੇ ਚੱਲਦੀ ਆ ਅਸੀਂ ਇਸ ਗੱਲ ਦੀ ਆਵਾਜ਼ ਬੁਲੰਦ ਕਰਦੇ ਹਾਂ ਕਿ ਹਿੰਦੁਸਤਾਨ ਦੀ ਜਿਹੜੀ ਸਰਕਾਰ ਹੈ ਉਹ ਸਰਕਾਰ ਵੱਲੋਂ ਪਿਛਲੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਸਮੇਂ 'ਤੇ ਇੱਕ ਐਲਾਨ ਕੀਤਾ ਗਿਆ ਸੀ ਜਿਹਦੇ 'ਚ ਬੰਦੀ ਸਿੰਘਾਂ ਦੀ ਰਿਹਾਈ ਸੀ ਅਤੇ ਬਲਵੰਤ ਸਿੰਘ ਰਾਜਵਾਣਾ ਦੀ ਫਾਂਸੀ ਦਾ ਫੈਸਲਾ ਜਿਹੜਾ ਉਹ ਖਤਮ ਕਰਨ ਦਾ ਫੈਸਲਾ ਸੀ ਉਹ ਗੱਲਾਂ ਅੱਜ ਵੀ ਮੈਂ ਕਹਿ ਲਵਾਂ ਕਿ ਉੱਠਦੇ ਬੋਲਾਂਗੂ ਉਸੇ ਤਰ੍ਹਾਂ ਹੀ ਨਹੀਂ ਡਿੱਗ ਰਹੀਆਂ ਪਿਛਲੇ ਦਿਨਾਂ ਵਿੱਚ ਅਸੀਂ ਦੇਖਿਆ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਜੋ ਪ੍ਰਕਾਸ਼ ਪੁਰਬ ਵੱਡੀ ਪੱਧਰ 'ਤੇ ਮਨਾਇਆ ਗਿਆ ਉਸ ਗੱਲ ਦੀ ਸ਼ਲਾਘਾ ਕੀਤੀ ਜਾਣੀ ਕੋਈ ਮਾੜੀ ਗੱਲ ਨਹੀਂ ਅਸੀਂ ਉਸ ਗੱਲ ਦੇ ਨਾਲ ਸਹਿਮਤ ਹਾਂ ਪਰ ਸਾਨੂੰ ਬੜੀ ਆਸ ਸੀ ਕਿ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦਾ ਜਿਹੜਾ ਪ੍ਰਕਾਸ਼ ਪੁਰਬ ਆ 400 ਸਾਲਾ ਲਾਲ ਕਿਲ੍ਹੇ 'ਤੇ ਮਨਾਇਆ ਗਿਆ ਉਦੋਂ ਵੀ ਇਸ ਐਲਾਨ ਦੀ ਉਡੀਕ ਕੀਤੀ ਗਈ ਪਰ ਉਸ 8 ਜਾਂ 9 ਵਜੇ ਤੱਕ ਜਦੋਂ ਇੱਥੋਂ ਦੇ ਪ੍ਰਧਾਨ ਮੰਤਰੀ ਇਸ ਬੋਲ ਕੇ ਚਲੇ ਗਏ ਤਾਂ ਇਹ ਬੜੀ ਵੱਡੀ ਨਿਰਾਸ਼ਾ ਪ੍ਰਾਪਤ ਹੋਈ ਆ ਸੋ ਅਸੀਂ ਜਿਹੜੀ ਆ ਸਿੱਖ ਸਟੂਡੈਂਟ ਫੈਡਰੇਸ਼ਨ ਜਾਂ ਬਾਕੀ ਸਹਿਯੋਗੀ ਜਥੇਬੰਦੀਆਂ ਜਿਹੜੀਆਂ ਬੰਦੀ ਸਿੰਘ ਆ ਜਿਨ੍ਹਾਂ ਦੇ ਨਾਲ 30 ਸਾਲ ਤੋਂ ਜਿੰਨੀ ਉਹਨਾਂ ਦੇ ਖਿਲਾਫ਼ ਸਜ਼ਾ ਦਿੱਤੀ ਗਈ ਇਸ ਕਾਨੂੰਨ ਨੇ ਉਹਨਾਂ ਦਾ ਡਬਲ ਕੱਟਿਆ ਜਾ ਚੁੱਕਿਆ ਸੋ ਉਹਨਾਂ ਦੀ ਰਿਹਾਈ ਨਹੀਂ ਹੋ ਰਹੀ ਉਸ ਰਿਹਾਈ ਦੇ ਪਿੱਛੇ ਜਿੱਥੇ ਮੋਦੀ ਆ ਉੱਥੇ ਮੋਦੀ ਸਾਹਿਬ ਨੇ ਉੱਥੇ ਸਾਡਾ ਕੇਜਰੀਵਾਲ ਜਿਹੜਾ ਇਸ ਪੰਜਾਬ ਦਾ ਮੁੱਖ ਮੰਤਰੀ ਮੈਂ ਕਹੂੰਗਾ ਪੰਜਾਬ ਦਾ ਮੁੱਖ ਮੰਤਰੀ ਉਹੀ ਆ ਕਿਉਂਕਿ ਭਗਵੰਤ ਮਾਨ ਜੀ ਤਾਂ ਪਹਿਲਾਂ ਵੀ ਕੋਈ ਐਡੀ ਗੱਲ ਨਹੀਂ ਸੀਗੀ ਹੁਣ ਤਾਂ ਅੱਜ ਦਾ ਜੋ ਫੈਸਲਾ ਹੋ ਗਿਆ ਉਹ ਤਾਂ ਇੱਕ ਵੱਖਰਾ ਹੀ ਆ ਗਿਆ ਕਿ ਉਹ ਸਰਕਾਰ ਨੂੰ ਜਿਹੜੇ ਕੇਜਰੀਵਾਲ ਸਾਹਿਬ ਚਲਾਉਣਗੇ ਉਹ ਕੇਜਰੀਵਾਲ ਦੇ ਇੱਕ ਸਾਈਨ ਕਰਕੇ ਦਵਿੰਦਰਪਾਲ ਸਿੰਘ ਭੁੱਲਰ ਜਿਹੜਾ ਕਿ 12 ਸਾਲ ਤੋਂ ਜੇਲ੍ਹ ਦੇ ਵਿੱਚ ਬੰਦ ਹੈ ਪਰ ਡਾਕਟਰੀ ਇਲਾਜ ਦੇ ਲਈ ਹਸਪਤਾਲ ਵਿੱਚ ਪਹੁੰਚਿਆ ਹੋਇਆ ਉਹਨੂੰ ਰਿਹਾਈ ਨਾ ਕਰਨਾ ਬਹੁਤ ਵੱਡੀ ਇੱਕ ਦੁੱਖ ਦੀ ਗੱਲ ਆ ਸੋ ਅੱਜ ਦਾ ਜਿਹੜਾ ਇਹ ਮਾਰਚ ਹੈ ਕੈਂਡਲ ਮਾਰਚ ਹੈ ਇਹ ਕੈਂਡਲ ਮਾਰਚ ਸਿੱਖ ਬੰਦੀਆਂ ਦੀ ਰਿਹਾਈ ਦੇ ਸੰਬੰਧ ਦੇ ਵਿੱਚ ਸ਼ਹਿਰ ਦੇ ਬਹੁਤ ਸਾਰੀਆਂ ਨਾਮਵਰ ਸ਼ਖਸੀਅਤਾਂ ਬੜੇ ਪੜ੍ਹੇ ਲਿਖੇ ਲੋਕ ਪ੍ਰਿੰਸੀਪਲ ਸਾਹਿਬ ਪ੍ਰੋਫੈਸਰ ਸਾਹਿਬਾਨ ਹੋਰ ਵੀ ਹਰ ਵਰਗ ਦੇ ਲੋਕ ਜਿਹੜੇ ਆ ਇਸਤਰੀ ਅਕਾਲੀ ਦਲ ਹਰ ਵਰਗ ਦੇ ਲੋਕ ਅੱਜ ਇਸ ਰੋਸ ਪ੍ਰਦਰਸ਼ਨ ਦੇ ਵਿੱਚ ਸ਼ਾਮਿਲ ਹੋਏ ਨੇ ਸੋ ਮੈਂ ਬੇਨਤੀ ਕਰਾਂਗਾ ਬੀਬੀ ਜਸਵਿੰਦਰ ਕੌਰ ਸੋਹਲ ਜੀ ਜਿਹੜੇ ਕਿ ਹਿਊਮਨ ਰਾਈਟਸ ਦੇ ਬਹੁਤ ਵੱਡੇ ਐਕਟਿਵਿਸਟ ਨੇ ਅਤੇ ਬਹੁਤ ਵੱਡੇ ਪੱਧਰ 'ਤੇ ਕਾਰਜ ਕਰਦੇ ਨੇ ਉਹ ਵੀ ਤੁਹਾਨੂੰ ਇਸ ਮੁੱਦੇ 'ਤੇ ਮਨੁੱਖੀ ਅਧਿਕਾਰਾਂ ਦਾ ਕੀ ਹਨਨ ਹੋ ਰਿਹਾ ਉਹਦੇ ਬਾਰੇ ਤੁਹਾਨੂੰ ਜਾਣਕਾਰੀ ਮਨਸ਼ਾ ਇੱਕੋ ਹੀ ਆ ਕਿ ਸਿੱਖਾਂ ਦੇ ਨਾਲ ਦੂਜੇ ਦਰਜੇ ਦੇ ਸ਼ਹਿਰੀ ਦਾ ਜਿਹੜਾ ਵਿਤਕਰਾ ਕੀਤਾ ਜਾ ਰਿਹਾ ਪਹਿਲਾਂ ਕਾਂਗਰਸ ਨੇ ਕੀਤਾ ਅੱਜ ਮੋਦੀ ਸਾਹਿਬ ਨੇ ਕੀਤਾ ਜਿਹੜੇ ਵੀ ਆ ਰਹੇ ਆ ਅਸੀਂ ਇਸ ਗੱਲ ਤੋਂ ਹੈਰਾਨ ਹਾਂ ਕਿ ਬਹੁਤ ਵੱਡਾ ਰੋਲ ਆ ਇਸ ਹਿੰਦੁਸਤਾਨ ਨੂੰ ਯਾਦ ਕਰਾਉਣ 'ਚ ਇਕੱਲਾ ਯਾਦ ਕਰਾਉਣ 'ਚ ਰੋਲ ਨਹੀਂ ਅੱਜ ਹਿੰਦੁਸਤਾਨ ਦੀਆਂ ਸਰਹੱਦਾਂ ਨੂੰ ਮਹਿਫੂਜ਼ ਰੱਖਣ 'ਚ ਵੀ ਸਿੱਖਾਂ ਦਾ ਬਹੁਤ ਵੱਡਾ ਰੋਲ ਆ ਕਿਸੇ ਥਾਂ ਦੇ ਉੱਤੇ ਵੀ ਜਿਹੜੀ ਕੋਈ ਲੋੜ ਪੈਂਦੀ ਆ ਅਤੇ ਸਿੱਖ ਜਿਹੜਾ ਵਾ ਉਹ ਦੇਸ਼ ਦੇ ਲਈ ਜਿਵੇਂ ਕਹਿੰਦੇ ਪਸੀਨਾ ਨਹੀਂ ਖੂਨ ਡੋਲਦਾ ਸੋ ਇਹ ਬਹੁਤ ਮਾੜੀ ਗੱਲ ਹੈ ਜਿਸ ਗੱਲ ਨੂੰ ਲੈ ਕੇ ਅੱਜ ਅਸੀਂ ਇਹ ਚੱਲੇ ਬੇਸਿਕਲੀ ਉਹਨਾਂ ਦੇ ਕੋਈ ਹੈ ਨਹੀਂ ਕ੍ਰਿਮੀਨਲ ਹਿਸਟਰੀਜ਼ ਨਹੀਂ ਹੈਗੀਆਂ ਇਹ ਇੱਕ ਧਰਮ ਯੁੱਧ ਦੇ ਵਿੱਚ ਜਿਨ੍ਹਾਂ ਨੇ ਪਾਰਟੀਸਪੇਟ ਕੀਤਾ ਸੀ ਜਸਟ ਸਨ 84 ਦੇ ਵਿੱਚ ਜਿਹੜੀ ਕਾਂਗਰਸ ਦੀਆਂ ਮਾੜੀਆਂ ਨੀਤੀਆਂ ਸਿੱਖ ਮਾਰੂ ਨੀਤੀਆਂ ਦੇ ਤਹਿਤ ਜਦ ਇੰਨਾ ਜ਼ੁਲਮ ਹੋਇਆ ਬੱਚਾ ਬੱਚੇ ਨੂੰ ਸ਼ਹੀਦ ਕਰ ਦਿੱਤਾ ਗਿਆ ਉਸ ਵਕਤ ਜਿਹੜੇ ਸਾਡੇ ਕੋਲ ਸਿੱਖ ਭਰਾ ਸੀ ਉਹਨਾਂ ਨੇ ਭਾਵਨਾਵਾਂ ਦੇ ਵਿੱਚ ਬਹਿ ਕੇ ਜੇ ਕੋਈ ਕਦਮ ਇੱਦਾਂ ਦੇ ਚੁੱਕੇ ਗਏ ਉਹਨਾਂ ਨੂੰ ਕਾਨੂੰਨੀ ਤੌਰ ਦੇ ਉੱਤੇ ਜਿਹੜੀਆਂ ਸਜ਼ਾਵਾਂ ਹੋਈਆਂ ਸਜ਼ਾਵਾਂ ਉਹ ਆਪਣੀਆਂ ਡਬਲ ਭੁਗਤ ਚੁੱਕੇ ਨੇ ਉਸ ਤੋਂ ਬਾਅਦ ਜਿਹੜੀ ਉਹਨਾਂ ਦੀ ਰਿਹਾਈ ਨਹੀਂ ਹੁੰਦੀ ਜਿਹੜਾ ਬਾਰ ਬਾਰ ਸਰਕਾਰਾਂ ਰਾਹੀਂ ਕਿ ਘੱਟ ਗਿਣਤੀ ਨੂੰ ਲੈ ਕੇ ਟਾਰਗੇਟ ਕੀਤਾ ਜਾਂਦਾ ਹੈ ਅੱਜ ਉਸ ਰੋਜ਼ ਦੇ ਲਈ ਅਸੀਂ ਕੈਂਡਲ ਮਾਰਚ ਕਰ ਰਹੇ ਹਾਂ ਇਹ ਵੀ ਬੜੀ ਦੱਸਣਯੋਗ ਗੱਲ ਹੈ ਕਿ ਜਿਹੜੇ ਉੱਥੇ ਬੰਦੀ ਨੇ ਉਹ ਸਿੱਖ ਉਸ ਸਿੱਖ ਕੌਮ ਦੇ ਹੀਰੇ ਨੇ ਕਿ ਜਿਨ੍ਹਾਂ ਦੇ ਗੁਰੂਆਂ ਪੀਰਾਂ ਨੇ ਆਪਣੇ ਪੂਰੇ ਜਿਹੜੇ ਸਰਬੰਸ ਵਾਰ ਦਿੱਤੇ ਹਿੰਦ ਦੀ ਚਾਦਰ ਦੇ ਲਈ ਔਰ ਜਿਹਨੇ ਜਿਹੜੇ ਸਰਹੱਦਾਂ ਦੇ ਉੱਤੇ ਸ਼ਹੀਦੀਆਂ ਪ੍ਰਾਪਤ ਕਰਦੇ ਨੇ ਜਿਨ੍ਹਾਂ ਦੇ ਬੱਚੇ ਉਹ ਵੀ ਸਿੱਖ ਕੌਮ ਨੇ ਜਦ ਦੇਸ਼ ਦੇ ਉੱਤੇ ਕੋਈ ਇੱਦਾਂ ਦੀ ਆਫਤ ਆਉਂਦੀ ਹੈ ਭੁੱਖਿਆਂ ਦੇ ਢਿੱਡ ਭਰਦੇ ਨੇ ਉਹ ਵੀ ਸਿੱਖ ਕੌਮ ਨੇ ਅਤੇ ਫਿਰ ਸਿੱਖ ਕੌਮ ਦੇ ਨਾਲ ਐਸਾ ਵਿਤਕਰਾ ਕਿਉਂ ਜੇ ਭਾਈ ਰਜਵਾਨਾ ਜੀ ਦੀ ਗੱਲ ਕੀਤੀ ਤਾਂ 28 ਸਾਲ ਜੇਲ੍ਹ ਕੱਟਣ 'ਚ ਔਰ ਇੱਕ ਘੰਟੇ ਦੀ ਪਰੋਲ ਮਿਲਣੀ ਮੈਨੂੰ ਨਹੀਂ ਲੱਗਦਾ ਕਿ ਇਹ ਕੋਈ ਇਨਸਾਨੀਅਤ ਹੈ ਜੇ ਫੰਡਾਮੈਂਟਲ ਰਾਈਟਸ ਹਰੇਕ ਦੇ ਲਈ ਨੇ ਤਾਂ ਫੰਡਾਮੈਂਟਲ ਰਾਈਟਸ ਉਹਨਾਂ 'ਤੇ ਵੀ ਲਾਗੂ ਹੁੰਦੇ ਨੇ ਜੇਕਰ ਪ੍ਰੋਫੈਸਰ ਭੁੱਲਰ ਜੀ ਦੀ ਗੱਲ ਕਰੀਏ ਤਾਂ 11 ਸਾਲਾਂ ਤੋਂ ਹਸਪਤਾਲ 'ਚ ਪਏ ਨੇ ਅਤੇ ਮੈਨੂੰ ਨਹੀਂ ਲੱਗਦਾ ਕਿ ਅਗਰ ਉਹਨਾਂ ਨੂੰ ਅਸੀਂ ਰਿਹਾਅ ਕਰਦੇ ਨੇ ਤਾਂ ਮਨੁੱਖਤਾ ਦੇ ਲਈ ਕੋਈ ਐਸਾ ਕੰਮ ਕਰ ਦੇਣਗੇ ਕਿ ਉਸ ਮਤਲਬ ਸਾਡੇ ਲਈ ਕੋਈ ਖਤਰਨਾਕ ਸਿੱਧ ਹੋਣਗੇ ਸੋ ਇੱਦਾਂ ਦੀਆਂ ਬਹੁਤ ਸਾਰੀਆਂ ਜਿਹੜੀਆਂ
कह सकते हैं सरकारां च कमी है, क्योंकि सानू अज तो 3 साल पहले 2019 दे विच मोदी जी वल्लों आश्वासन दिवाया गया सी कि सिख जिहड़े बंदी ने उन्हां नूं रिहा किया जाएगा। अज तीसरा चौथा गुरपुरब आने वाला है तो उस तो बाद भी कोई सुनवाई नहीं है। और सो असी मोदी जी अगे अपील करते हैं, जिवें गरेवाल सर जी ने भी दस्या कि असी शलांघा भी करते हैं इस गल की कि उन्होंने जो सिखी दे लई बहुत वड्डा इस बारी कॉन्ट्रीब्यूशन दिता है कि लाल किले तो जिथे कि गुरु तेग बहादुर जी की शहादत दे लई हुक्म दिते गए से उत्थों उन्होंने पर्व में इन्ने धूमधाम नाल मनाया गया, ना कि देश ने बल्कि पूरे विदेशों से भी देखा गया। सो असी उस चीज़ की बड़ी तारीफ करते हैं, उन्होंने तहे दिलों धन्यवाद भी करते हैं कि सिख कौम लई उन्होंने उपराला किया। लेकिन हुण असी अपील भी करते हैं कि जिहड़े साडे सिख वीर अपनियां सजावां भुगत चुके ने, जेलां च बंद ने, ते कृपा करके उन्होंने रिहा किया जाए। साडे वल्लों जी अज कैंडल मार्च करके इस रोस नूं शांतिमय ढंग नाल प्रदर्शन किया जा रहा है। प्रोफेसर भुल्लर जी दी, भाई रजवाना जी, लोक लहर बनाओ। आप सरकार दी हदायतां ते पंजाब पुलिस मुस्तैद। थाणा ओड़ दी पुलिस ने चौंक ते नाका लगा के शक्की हालत विच 3 नौजवान नूं काबू कीता। ਇਹ ਕਾਰਵਾਈ ਪੁਲਿਸ ਵੱਲੋਂ ਨਾਕੇ ਦੌਰਾਨ ਆਪਣੇ ਵਾਹਨਾਂ ਦੇ ਕਾਗਜ਼ਾਤ ਨਾ ਦਿਖਾਉਣ ਤੇ ਕੀਤੀ ਗਈ, ਜਿਸ ਤੋਂ ਬਾਅਦ ਫੜੇ ਗਏ ਨੌਜਵਾਨਾਂ ਨੂੰ ਪਿੰਡ ਦੀ ਪੰਚਾਇਤ ਬੁਲਾ ਕੇ ਉਹਨਾਂ ਹਵਾਲੇ ਕੀਤਾ ਗਿਆ। ਕੱਲ ਵੀ ਫਿਰ ਜਿਹੜੇ ਸਰਪੰਚ ਸਾਹਿਬਾਨ ਸੀਗੇ ਉਹਨਾਂ ਨੂੰ ਤਾਂ ਹੀ ਬੁਲਾਇਆ ਸੀਗਾ ਕਿ ਤੁਸੀਂ ਮਤੇ ਵੀ ਪਾਏ ਆ, ਇਹਨਾਂ ਨੇ ਤੁਹਾਨੂੰ ਵਿਸ਼ਵਾਸ ਵੀ ਦਵਾਇਆ ਹੈਗਾ ਵਾ ਵੀ ਤੁਸੀਂ ਕੀ ਕਹਿੰਦੇ ਹੈਗੇ ਆ, ਤੇ ਉਹਨਾਂ ਨੇ ਵੀ ਇੱਕ ਤਰ੍ਹਾਂ ਦੇ ਨਾਲ ਹੱਥ ਹੀ ਖੜੇ ਕੀਤੇ। ਉਹ ਕਹਿੰਦੇ ਵੀ ਸਾਡੇ ਕੋਲ ਇਹ ਹਾਜ਼ਰ ਵੀ ਆਏ ਮਤਿਆਂ ਦੇ ਵਿੱਚ, ਔਰ ਈਵਨ ਸਾਡੇ ਪਿੰਡ ਦੇ ਜਿਹੜੇ ਮੁਤਬਰ ਪੁੱਜ ਹੈਗੇ ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਇਹੋ ਜਿਹੇ ਜਿਹੜੇ ਬੰਦੇ ਹੈਗੇ ਆ ਉਹਨਾਂ ਦੀਆਂ ਨਾ ਜ਼ਮਾਨਤਾਂ ਕਰਾਉਣ ਜਾਵਾਂਗੇ, ਨਾ ਤਸਦੀਕ ਕਰਨ ਜਾਵਾਂਗੇ, ਨਾ ਹੀ ਸ਼ਨਾਖਤ ਕਰਨ ਜਾਵਾਂਗੇ। ਪਰ ਉਹ ਵੀ ਕੁਝ ਜਿਹੜੇ ਹੈਗੇ ਆ ਉਹ ਇਹਨਾਂ ਦਾ ਸਾਥ ਦੇ ਰਹੇ ਹੈਗੇ ਆ। ਉਹ ਅਸੀਂ ਸਾਰਾ ਜਿਹੜਾ ਵਾ ਉਹ ਸੈਟਅਪ ਜਿਹੜਾ ਹੈਗਾ ਵਾ ਪੰਚਾਇਤ ਦੀ ਸਹਿਮਤੀ ਦੇ ਨਾਲ, ਪੰਚਾਇਤ ਦੀ ਮਦਦ ਦੇ ਨਾਲ ਉਹ ਤਿਆਰ ਕਰ ਰਹੇ ਹੈਗੇ ਆ, ਜਿਹੜੇ ਇਹਨਾਂ ਨੂੰ ਵਾਰ ਵਾਰ ਜਿਹੜਾ ਹੈਗਾ ਵਾ ਉਹ ਕਿਸੇ ਤਰੀਕੇ ਨਾਲ ਵੀ ਮਦਦ ਕਰ ਰਹੇ ਹੈਗੇ ਆ ਜਾਣ ਬੁੱਝ ਕੇ, ਉਹਨਾਂ ਖਿਲਾਫ਼ ਵੀ ਜੋ ਵੀ ਕਾਰਵਾਈ ਬਣਦੀ ਹੋ ਗਈ ਉਹ ਵੀ ਅਮਲ 'ਚ ਲਿਆਵਾਂ। 11 ਸਾਲਾ ਬੱਚਾ ਮਿਹਨਤ ਮਜ਼ਦੂਰੀ ਕਰਨ ਲਈ ਹੋ ਚੁੱਕਿਆ ਮਜਬੂਰ। ਖ਼ਬਰ ਅੰਮ੍ਰਿਤਸਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ 11 ਸਾਲਾ ਬੱਚਾ ਮਿਹਨਤ ਮਜ਼ਦੂਰੀ ਕਰਨ ਲਈ ਮਜਬੂਰ ਹੋ ਚੁੱਕਿਆ ਹੈ। ਦਰਅਸਲ ਸ਼ਰਾਬੀ ਪਿਤਾ ਦੀ ਮਾੜੀ ਆਦਤ ਨੂੰ ਛੁਡਾਉਣ ਲਈ ਖੇਡਣ ਦੀ ਉਮਰ ਵਿੱਚ ਬੱਚਾ 4,000 ਰੁਪਏ ਮਹੀਨੇ ਦੀ ਤਨਖਾਹ 'ਤੇ ਕੰਮ ਕਰ ਰਿਹਾ ਹੈ। ਪਰਿਵਾਰ ਮਤਲਬ ਕਿ ਮੈਂ ਕਮਾਉਂਦਾ ਵਾਂ, ਦੀਦੀ ਵੀ ਕਮਾਉਂਦੇ, ਮੰਮਾ ਵੀ ਜਾਂਦੇ ਆ, ਅਤੇ ਫਿਰ ਸਾਡੀ ਰੋਟੀ ਚੱਲਦੀ ਘਰ। ਮਹੀਨਾ ਮਿਲਦਾ 4,000 ਰੁਪਿਆ। ਨਹੀਂ, ਪਿਤਾ ਜੀ ਮਾਰਦੇ ਸੀ ਤੁਹਾਨੂੰ? ਹਾਂਜੀ, ਉਹ ਸਾਨੂੰ ਮਾਰ ਕੇ ਕੋਠੇ 'ਤੇ ਭਜਾ ਦਿੰਦੇ ਸੀ ਕਦੀ, ਅਤੇ ਕਦੀ ਘਰੋਂ ਬਾਹਰ ਕੱਢ ਦਿੰਦੇ ਸੀ। ਉਹ ਕਹਿੰਦੇ ਸੀ ਕਿ ਪੰਜਾਬ ਦੇ ਪ੍ਰਾਈਵੇਟ ਹਸਪਤਾਲਾਂ ਵਿੱਚ ਹੁੰਦੀ ਮਰੀਜ਼ਾਂ ਦੀ ਲੁੱਟ ਦਾ ਮਾਮਲਾ ਆਇਆ ਸਾਹਮਣੇ। ਪ੍ਰਾਈਵੇਟ ਹਸਪਤਾਲਾਂ ਵਾਲੇ ਮਰੀਜ਼ਾਂ ਦੇ ਮਨ ਵਿੱਚ ਡਰ ਪੈ ਕੇ ਕਿਸ ਤਰ੍ਹਾਂ ਉਸਨੂੰ ਦਾਖਲ ਕਰਨ ਤੇ ਪੈਸੇ ਬਟੋਰਨ ਲਈ ਮਜਬੂਰ ਕਰਦੇ ਹਨ, ਇਸ ਦੀ ਇੱਕ ਮਿਸਾਲ ਗੁਰਦਾਸਪੁਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਉਸ ਸਮੇਂ ਦੇਖਣ ਨੂੰ ਮਿਲੀ ਜਦੋਂ ਦੀਨਾਨਗਰ ਦਾ ਇੱਕ ਮਰੀਜ਼ ਪੇਟ ਵਿੱਚ ਕੁਝ ਸ਼ਿਕਾਇਤ ਹੋਣ ਤੇ ਗੁਰਦਾਸਪੁਰ ਵਿੱਚ ਮਾਨਵ ਰਹਿਤ ਰੋਲਵੇ ਰੋਡ ਤੇ ਸਥਿਤ ਇੱਕ ਨਾਮੀ ਨਿੱਜੀ ਹਸਪਤਾਲ ਵਿੱਚ ਆਇਆ, ਜਿੱਥੇ ਮਰੀਜ਼ਾਂ ਦੀ ਦਿਨ ਦਿਹਾੜੇ ਲੁੱਟ ਕੀਤੀ ਜਾ ਰਹੀ ਹੈ। ਇਹਨਾਂ ਦਾ ਪੁਨੀਤ ਜੀ ਦਾ ਕਹਿਣਾ ਕਿ ਮੇਰੀ ਰਿਪੋਰਟ ਦੇ ਵਿੱਚ ਸੀਰਮ ਮਾਈਲੇਜ 69 ਸੀਗਾ, ਮੇਰੇ ਕੋਲ ਜਿਹੜੀ ਰਿਪੋਰਟ ਆਈ ਉਹਦੇ ਵਿੱਚ ਸੀਰਮ ਮਾਈਲੇਜ 169 ਸੀਗਾ। ਮੇਰੇ ਕੋਲ 169 ਆਇਆ ਅਤੇ ਉਹਨੂੰ ਹੀ ਮੈਂ ਅੰਡਰਲਾਈਨ ਕਰਕੇ ਇਹਨਾਂ ਨੂੰ ਦੱਸਿਆ ਤੁਹਾਡੇ ਥੋੜ੍ਹੇ ਜਿਹੇ ਲਿਵਰ ਦੀ ਇਨਫੈਕਸ਼ਨ ਵਧੀ ਹੋਈ ਹੈ ਅਤੇ ਤੁਹਾਡਾ ਥੋੜ੍ਹਾ ਜਿਹਾ ਇਨਫੈਕਸ਼ਨ ਪੇਟ ਦੀ ਆਈ ਹੈ, ਉਲਟੀ ਵਾਲਾ ਮਨ ਹੋ ਸਕਦਾ, ਉਲਟੀ ਆ ਵੀ ਸਕਦੀ ਹੈ, ਖਾਣਾ ਮਨਾ ਕੀਤਾ, ਸ਼ਾਮ ਤੱਕ ਜੇਰੇ ਇਲਾਜ ਰਵੋ ਅੰਦਰ। ਕਲੈਰੀਕਲ ਮਿਸਟੇਕ ਵੀ ਹੋ ਸਕਦੀ ਹੈ, ਉੱਪਰੋਂ ਆਈ ਹੈ ਹੁਣ ਰਿਪੋਰਟ, ਮੈਨੂੰ ਕੀ ਪਤਾ ਹੁਣ ਕਿੰਨੇ ਰਿਪੋਰਟ 'ਤੇ ਇਹ ਕੱਲ ਆਇਆ। ਲੈਬ ਵੱਲੋਂ ਵੀ ਹੋ ਸਕਦੀ ਹੈ, ਸਟਾਫ ਵੱਲੋਂ ਵੀ ਹੋ ਸਕਦੀ ਹੈ, MO ਵੀ ਔਨ ਡਿਊਟੀ ਹੈ, ਸਟਾਫ ਵੀ ਹੈ। ਜੀ ਮੈਂ ਇੱਥੇ ਆਪਣਾ ਮਾੜਾ ਜਿਹਾ ਚੈੱਕਅਪ ਕਰਾਉਣ ਆਇਆ ਸੀ ਅਤੇ ਉਹਨਾਂ ਨੇ ਮੈਨੂੰ ਟੈਸਟ ਲੈ ਕੇ ਦਿੱਤੇ
मैं टेस्ट करवाए थे, मैं लैब च अपना सैंपल दिता तो उत्थे मेरी जी रिपोर्ट आई लीवर की इनफेक्शन वो आई 69। रिपोर्ट की मैं फोटो खिंच ली, जिसलै मैडम के उसे दफ्तर च आई मैडम ने उत्थे 169 करती, कहते थानू एमरजेंसी एडमिट करने पैना, थोड़ी नाड़ा ब्लॉक हो गई है। मतलब कि मैं एक दाखिल उन्होंने ट्रीटमेंट भी मैंने लिखता, मेरी रिपोर्टा इन्होंने मैं ट्रीटमेंट भी लिखता, ट्रीटमेंट लिखता पेट की नाड़ा के इंजैक्शन लिखते, दाखिल होवो कमरा लो, मतलब 10,000 रुपया रोज़ का मेरा बने, 5 दिन मतलब 50,000 मैं दे के जाए पेशेंट, इदा ना जाए, बस यह गलबात है। मैं क्या कि इतने जो धंधा चल रहा यह बंद होना चाहिए, बंदना रोड़ा। मैं पुनीत महिंदा वड्डा ब्रदर हाँ। गल इस तरह से कि छोटा ब्रदर गुरदासपुर किसी काम आया सीगा, थोड़ी जी उहदी पेट च थोड़ी जी दर्द जी महसूस हो रही है, तो उन्हें मैडम बंदना रोड़ा दे आन के दसिया, जबकि असी पहले भी इत्थे आ चुके हैं, साडा बहुत ज़्यादा फेथ बनया सी, 4-5 वारी इन्हां इत्थे आ चुके, साडा पूरा फेथ बनया सी इन्हां दे कि ये डॉक्टर सही ने। उन्होंने आते ही इन्हों को टैसट की उन्होंने कहा कि इन्होंने टैसट करवाओ, 1980 रुपए के इन्होंने टैसट के पैसे ले, रिपोर्ट लैब तो रिपोर्ट ली, जो रिपोर्ट उन्होंने मुंडे ने अपने हाथ फड़ी उन्हें उस वेले फोटो खिंच के मैं वो फोटो सेंड की, फोटो सेंड करके उन्होंने रिपोर्ट मैडम के दफ्तर भेजती है, दफ्तर भेजन तो बाद रिपोर्ट बिल्कुल चेंज हो गई है, 69 इनफेक्शन सी, दफ्तर आते ही मैडम के दफ्तर आती 169 हो गया। उन्होंने कहा कि इन्होंने एमरजेंसी एडमिट करने पैना, उन्होंने पेट इनफेक्शन बहुत ज़्यादा बढ़ गई है, उन्होंने नक च पाइप पानी पैनी है, खून ब्लड बाहर आ सकता, कुछ भी हो सकता, तुहानू घर जाने की नौबत बिल्कुल नहीं होनी, तुसीं इत्थे एडमिट हो जाओ, एट ए टाइम एडमिट हो जाओ। तो जो वो रिपोर्ट के मुताबिक अच्छी बात किसी को पता उन्होंने यही गल की इस रिपोर्ट के मुताबिक तो किसी को होया कुछ नहीं है, बिल्कुल ओके रिपोर्ट है। तो देखो जी जे वो बंदा इस वेल एडमिट हो गया होंदा तो उन्होंने रोज़ का 10,000 तो 5 दिनों का उन्होंने 50,000 रुपया खोना सी, जो कि असी पहले भी इन्होंने दे के जा चुके हैं ऐसे रिपोर्टा के सामने जिंदा झूठिया रिपोर्टा ने कीतियां, 3-4 बार असी इतने दे के गए हैं, 70,000 एक दिन दे के, 75,000 एक बार दे के, अपनी छोटी एक लड़की इतने दाखिल गए उदो भी 80,000 रुपया उन्होंने दे के गए हैं झूठिया रिपोर्टा के करके। अं चाहते कि यह धांधली बंद होए, उन्होंने परचा होए, यह हॉस्पिटल बंद होए, उन्होंने ताला लगे। डॉक्टर ने कहा डॉक्टर कहते स्टाफ की है, हो सकती है स्टाफ की गलती हो सकती है, मतलब स्टाफ उन्होंने नार रलिया सारा ही, उन्होंने स्टाफ को कहा कि तुम यह काम करना तो पेशेंट इतने एडमिट हो। इहो जी जरूरी खबरां लई जुड़े रहो साडे चैनल दे नाल, सत श्री अकाल।